ਪਿੰਡ ਬਘਾਣਾ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬਘਾਣਾ ਵੱਲੋਂ NRI ਵੈਲਫੇਅਰ ਸੁਸਾਇਟੀ ਗ੍ਰਾਮ ਪੰਚਾਇਤ ਬਘਾਣਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਆਪਣੀਆਂ ਨਿੱਘੀਆਂ ਅਮਿੱਟ ਯਾਦਾਂ ਦੀ ਛਾਪ ਛੱਡਦਾ ਸਮਾਪਤ ਹੋਇਆ। ਇਸ ਫੁੱਟਬਾਲ ਟੂਰਨਾਮੈਂਟ ਵਿੱਚ ਇਲਾਕੇ ਦੀਆਂ 46 ਨਾਮਵਰ ਫੁੱਟਬਾਲ ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਦੇ ਹੋਏ ਜ਼ਬਰਦਸਤ ਰੋਮਾਂਚਕ ਮੁਕਾਬਲੇ ਵਿੱਚ ਪਿੰਡ ਵੱਡੋ ਦੀ ਟੀਮ ਨੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੀ ਟੀਮ 'ਤੇ ਇੱਕ ਗੋਲ ਦਾਗ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਨਾਮਾਂ ਦੀ ਵੰਡ ਕਰਨ ਪਹੁੰਚੀ ਸ਼੍ਰੀਮਤੀ ਬਲਵੀਰ ਰਾਣੀ ਸੋਢੀ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਅਤੇ ਸਰਦਾਰ ਹਰਜੀਤ ਸਿੰਘ ਪਰਮਾਰ, ਚੇਅਰਮੈਨ ਦਾ ਕਪੂਰਥਲਾ ਕੇਂਦਰੀ ਸਹਿਕਾਰੀ ਬੈਂਕ ਲਿਮਿਟਡ ਕਪੂਰਥਲਾ ਨੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬਘਾਣਾ ਵੱਲੋਂ ਕੀਤੇ ਉਪਰਾਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ। ਬੱਚਿਆਂ ਨੂੰ ਸਿੱਧੇ ਰਸਤੇ 'ਤੇ ਲਾਉਣ ਲਈ ਇਹ ਇੱਕ ਬਹੁਤ ਚੰਗਾ ਉਪਰਾਲਾ ਉਹਨਾਂ ਨੂੰ ਸਪੋਰਟਸ ਦੇ ਵਿੱਚ ਬਿਜ਼ੀ ਕਰਨ ਦਾ, ਕਿਉਂਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਵੀ ਪਿਛਲੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਜੋ ਸਮਾਂ ਸੀ ਉਹਦੇ ਵਿੱਚ ਜੋ ਨਸ਼ਿਆਂ ਦਾ ਬੋਲਬਾਲਾ ਸਾਰੇ ਪੰਜਾਬ ਵਿੱਚ ਹੋ ਗਿਆ ਸੀ ਉਹਨੂੰ ਸਾਡੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਸਾਡੇ ਸਨਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਨੇ ਉਹ 'ਤੇ ਬੜੇ ਤਗੜੇ ਤਰੀਕੇ ਨਾਲ ਹਮਲਾ ਮਾਰ ਕੇ ਉਹਨੂੰ ਖਤਮ ਕੀਤਾ ਹੈ। ਇਹ ਜਿਹੜੀ ਸਪੋਰਟਸ ਫੰਕਸ਼ਨ ਵੀ ਹੁੰਦੇ ਆ ਇਹ ਵੀ ਇੱਕ ਬੜਾ ਵੱਡਾ ਰੋਲ ਪਲੇ ਕਰਦੇ ਆ ਨਸ਼ਿਆਂ ਦੀ ਰੋਕਥਾਮ ਲਈ। ਮੈਂ ਸਪੋਰਟਸ ਕਲੱਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਇਹ ਉਹਨਾਂ ਦਾ ਬਹੁਤ ਹੀ ਚੰਗਾ ਉਪਰਾਲਾ ਹੈ। ਜਿੱਤਣ ਵਾਲੀ ਟੀਮ ਵੱਡੋ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਵੱਡੋ ਵਾਲੇ ਤਾਂ ਮਾਫ਼ ਕਰਨਾ, ਵੈਸੇ ਹੀ ਫੁੱਟਬਾਲ ਦੇ ਵਿੱਚ ਬਹੁਤ ਵੱਡੋ ਪਿੰਡੀ ਹੈ ਜਿਹੜਾ ਉਹ ਫੁੱਟਬਾਲ ਦੀ ਖੇਡ ਦੇ ਵਿੱਚ ਬਹੁਤ ਇੰਟਰਸਟ ਲੈਂਦਾ ਪਹਿਲਾਂ ਤੋਂ ਹੀ, ਅਤੇ ਬਘਾਣੇ ਵਾਲੀ ਟੀਮ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ। ਜਿੱਤ ਜਾਣਾ ਫਾਈਨਲ ਵਿੱਚ ਜਾਂ ਹਾਰ ਜਾਣਾ ਇਹ ਕੋਈ ਬਹੁਤ ਛੋਟੀ ਗੱਲ ਹੈ, ਲੇਕਿਨ ਜਿਹੜਾ ਵੀ ਤੁਸੀਂ ਉਚੇਚੇ ਤੌਰ 'ਤੇ ਖੇਡਾਂ ਦੇ ਵਿੱਚ ਹਿੱਸਾ ਲਿਆ ਹੈ ਇਹ ਬਹੁਤ ਹੀ ਚੰਗੀ ਅਤੇ ਅੱਛੀ ਗੱਲ ਹੈ। ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਸਪੋਰਟਸ ਕਲੱਬ ਬਘਾਣਾ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਜੋ ਇਹਨਾਂ ਨੇ 46 ਪਿੰਡਾਂ ਦੇ ਬੱਚਿਆਂ ਨੂੰ, ਟੀਮਾਂ ਨੂੰ ਟੂਰਨਾਮੈਂਟ ਵਿੱਚ ਲਿਆਂਦਾ। ਸਮੇਂ ਦੀ ਲੋੜ ਆ, ਸਮੇਂ ਦੀ ਮੰਗ ਆ, ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇੱਕੋ ਇੱਕ ਰਸਤਾ ਆ ਸਪੋਰਟਸ ਦਾ, ਜਿਹਦੇ ਜ਼ਰੀਏ ਤੁਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ। ਮੈਂ ਵਧਾਈ ਦੇਣਾ ਚਾਹੁੰਦੀ ਹਾਂ ਜਿਹੜੀ ਟੀਮ ਅੱਜ ਫਾਈਨਲ ਦੇ ਵਿੱਚ ਜਿੱਤੀ ਆ, ਵਧਾਈ ਦੀ ਪਾਤਰ ਹੈ ਨਾਲ ਦੀ ਟੀਮ ਵੀ, ਕਿਉਂਕਿ ਉਹਦਾ ਵੀ ਬਰਾਬਰ ਦਾ ਸਹਿਯੋਗ ਹੈ। ਸੋ ਮੈਂ ਆਪਣੇ ਵੱਲੋਂ, ਆਪਣੀ ਪੂਰੀ ਟੀਮ ਵੱਲੋਂ ਪਰਮਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਪਿੰਡ ਬਘਾਣਾ ਵਾਸੀਆਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਦੇ ਉਪਰਾਲੇ ਸਦਕਾ ਜਿਹੜੇ ਸ਼ਾਂਤੀਪੂਰਵਕ 3 ਦਿਨ ਤੋਂ ਟੂਰਨਾਮੈਂਟ ਹੋ ਰਹੇ ਸੀ ਕਾਮਯਾਬੀ ਨਾਲ ਨਿਪਰੇ ਚੜ੍ਹੇ। ਬਹੁਤ ਬਹੁਤ ਵਧਾਈ। ਇਸ ਮੌਕੇ ਪਿੰਡ ਵੱਡੋਂ ਦੀ ਟੀਮ ਨੂੰ ਪਹਿਲਾ ਇਨਾਮ 31,000 ਰੁਪਏ ਟਰਾਫੀਆਂ ਅਤੇ ਦੂਸਰਾ ਇਨਾਮ ਸ਼ੇਰੇ ਪੰਜਾਬ ਸਪੋਰਟਸ ਕਲੱਬ ਬਘਾਣਾ ਨੂੰ 25,000 ਰੁਪਏ ਅਤੇ ਟਰਾਫੀਆਂ ਅਤੇ ਹੋਰ ਅੱਵਲ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਸਹਿਯੋਗੀਆਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨੂੰ ਜਰਸੀਆਂ ਸ਼ਹੀਦ ਦਲਜੀਤ ਸਿੰਘ ਚੀਮਾ ਦੇ ਪਰਿਵਾਰ ਵੱਲੋਂ ਦਿੱਤੀਆਂ ਗਈਆਂ। ਇਸ ਮੌਕੇ ਸਾਬਕਾ ਸਰਪੰਚ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਪਰਮਜੀਤ ਸਿੰਘ ਚੀਮਾ, ਪ੍ਰਦੀਪ ਜੀਟ, ਨਰਿੰਦਰ ਭਾਟੀਆ, ਹਰਦੀਪ ਸਿੰਘ ਪਰਮਾਰ, ਸੋਹਣ ਲਾਲ, ਬਲਵਿੰਦਰ ਕੁਮਾਰ, ਜਗੀਰ ਸਿੰਘ ਬਾਜਵਾ, ਰਜਿੰਦਰ ਸਿੰਘ, ਸਾਬਕਾ ਸਰਪੰਚ ਰਾਣਾ ਸਾਬੀ, ਲਵੀ ਧਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਬਿੱਲਾ,
ਬਲਜੀਤ ਸਿੰਘ ਹੁੰਦਲ ਚੇਅਰਮੈਨ ਐਨ ਆਰ ਆਈ ਵੈਲਫੇਅਰ ਸੁਸਾਇਟੀ ਧਰਮਿੰਦਰ ਸਿੰਘ ਹੁੰਦਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਬਗਾਣਾ ਵਿਖੇ ਜਿਹੜਾ ਟੂਰਨਾਮੈਂਟ ਸ਼ੁਰੂ ਹੋਇਆ ਸੀਗਾ ਉਹਦਾ ਅੱਜ ਆਖਰੀ ਦਿਨ ਫਾਈਨਲ ਦਿਨ ਸੀਗਾ। ਸੋ ਇਹ ਫਾਈਨਲ ਦੇ ਵਿੱਚ ਦੋ ਟੀਮਾਂ ਪਹੁੰਚੀਆਂ, ਜਾਣੀ ਕਿ ਦੋ, ਇੱਕ ਵੱਡੋ ਅਤੇ ਇੱਕ ਬਗਾਣਾ। ਉਹਦੇ ਵਿੱਚੋਂ ਵੱਡੋ ਵਿਨਰ ਰਿਹਾ ਜੀ, ਪਲਾਂਟੀਆਂ ਦੇ ਜਿੱਤਿਆ। ਅਤੇ ਮੈਂ ਸਾਰੇ ਵੀ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਆ, NRI ਭਰਾ ਸਾਰਿਆਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਵੀ ਜਿੰਨੇ ਵੀ ਇੱਥੇ ਸਾਰੇ ਪਹੁੰਚੇ ਆ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਮੈਂ ਆਪਣੀ ਟੀਮ ਬਗਾਣੇ ਦੀ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਰੇ ਟੂਰਨਾਮੈਂਟ ਦੇ ਵਿੱਚ। ਇਹ ਜਿਹੜਾ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ ਜੀ ਬਹੁਤ ਸ਼ਾਂਤੀਪੂਰਵਕ। ਸੋ ਮੈਂ ਸਾਰੇ ਹੀ ਪਲੇਅਰਾਂ ਨੂੰ, ਸਾਰੇ ਪਿੰਡਾਂ ਵਾਸੀਆਂ ਨੂੰ, NRI ਸਾਡੇ ਬਲਜੀਤ ਭਾਈ ਨੂੰ, ਸਾਰਿਆਂ ਨੂੰ ਮੈਂ ਵਧਾਈ ਦਿੰਦਾ।